ਪੇਸ਼ ਹੈ ਅਨੇਮਨ ਸਿੰਘ ਦੀ ਕਹਾਣੀ। ਉਹ ਔਰਤ, ਆਖਰ ਉਹ ਔਰਤ ਕੌਣ ਸੀ? ਇਹ ਸਵਾਲ ਮੇਰੇ ਅੰਦਰ ਕਿੰਨੇ ਚਿਰ ਤੋਂ ਅਟਕਦਾ ਚੱਲਿਆ ਆ ਰਿਹਾ ਸੀ, ਪਰ ਇਸਦਾ ਹੱਲ ਮੈਨੂੰ ਨਹੀਂ ਸੀ ਮਿਲ ਰਿਹਾ। ਆਪਣੇ ਕੰਨਿਓਂ ਮੈਂ ਕਾਫੀ ਕਨਸੋ ਲਈ, ਪਤਾ ਵੀ ਕਰਨਾ ਚਾਹਿਆ, ਪਰ ਉਸ ਔਰਤ ਬਾਰੇ ਮੈਨੂੰ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਸੀ। ਪਿਛਲੇ ਇੱਕ ਮਹੀਨੇ 'ਚ ਮੇਰਾ ਇਸ ਹਸਪਤਾਲ 'ਚ ਪੰਜਵਾਂ ਚੱਕਰ ਸੀ। ਇਹਨਾਂ ਪੰਜ ਚੱਕਰਾਂ 'ਚ ਵੀ ਮੇਰੇ ਹੱਥ ਕੁਝ ਨਹੀਂ ਲੱਗਾ ਸੀ। ਮੈਂ ਜਿੰਨਾ ਉਸ ਔਰਤ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਸਾਂ, ਉਹ ਓਨੀ ਹੀ ਬੁਝਾਰਤ ਬਣਦੀ ਜਾ ਰਹੀ ਸੀ। ਮੈਨੂੰ ਯਾਦ ਹੈ ਜਦੋਂ ਮੈਂ ਉਸਨੂੰ ਪਹਿਲੀ ਵਾਰ ਦੇਖਿਆ ਸੀ। ਦੇਖਿਆ ਵੀ ਕਿੱਥੇ? ਉਸਦੇ ਹੁਕਮੀ ਲਹਿਜ਼ੇ ਨੇ ਮੇਰਾ ਧਿਆਨ ਉਸ ਵੱਲ ਕੇਂਦਰਿਤ ਕਰ ਦਿੱਤਾ ਸੀ। ਨੀ ਕੁੜੀਏ, ਸਿਰ 'ਤੇ ਚੁੰਨੀ ਲੈ, ਦੇਖ ਕਿਵੇਂ ਸਿਰ ਨੰਗਾ ਕੀਤਾ ਹੋਇਆ ਏ, ਠੰਡ ਲੱਗ ਜੂ। ਜੇ ਤੈਨੂੰ ਠੰਡ ਲੱਗ ਗਈ ਤਾਂ ਜਵਾਕ ਬਿਮਾਰ ਹੋਜੂ, ਫਿਰ ਵਿਲਕੀ ਜਾਓਗੇ। ਉਹ ਬਿਨਾਂ ਸਾਹ ਰੋਕ ਕੇ ਬੋਲੀ ਜਾ ਰਹੀ ਸੀ। ਮੈਂ ਪਲਟ ਕੇ ਗੌਹ ਨਾਲ ਉਸ ਵੱਲ ਵੇਖਿਆ। ਉਹ ਅੱਧ ਖੜ ਉਮਰ ਦੀ ਔਰਤ ਸੀ, ਕੋਈ 50-55 ਸਾਲਾਂ ਦੀ, ਮਧਰਾ ਕੱਦ ਤੇ ਭਾਰੀ ਦੇਹ, ਪੱਕਾ ਤਵੇ ਵਰਗਾ ਰੰਗ। ਉਹ ਦੇਖਣ ਤੇ ਬੋਲ ਚਾਲ ਤੋਂ ਮੈਨੂੰ ਭੱਦੀ ਜਾਪੀ ਸੀ। ਆਖਰ ਉਹ ਇਸ ਤਰ੍ਹਾਂ ਇੰਨਾ ਰੁੱਖਾ ਕਿਉਂ ਬੋਲ ਰਹੀ ਸੀ? ਉਸਦੇ ਚਿਹਰੇ ਤੇ ਪਹਿਰਾਵੇ ਤੋਂ ਮੈਨੂੰ ਨਰਸ ਨਹੀਂ ਸੀ ਲੱਗ ਰਹੀ। ਹੋ ਸਕਦਾ ਦਰਜਾ 4 ਕਰਮਚਾਰੀ ਹੋਵੇ, ਮੇਰਾ ਮਨ ਅਨੁਮਾਨ ਲਗਾ ਰਿਹਾ ਸੀ। ਹੈਂ, ਆਹ ਦੇਖ ਲੈ ਕਿੰਨਾ ਗੰਦ ਪਿਆ ਏ। ਉਸਨੇ ਇੱਕ ਬੈੱਡ ਦੇ ਆਲੇ ਦੁਆਲੇ ਖਿੰਡੇ ਪਏ ਫਾਲਤੂ ਸਮਾਨ ਵੱਲ ਦੇਖ ਕੇ ਕਿਹਾ ਸੀ। ਫਿਰ ਉਹ ਕਮਰੇ ਦੇ ਐਨ ਵਿਚਕਾਰ ਆ ਖੜੀ ਹੋਈ, ਜਿਵੇਂ ਸਕੂਲ ਦੇ ਕਲਾਸਰੂਮ 'ਚ ਅਧਿਆਪਕ ਬੱਚਿਆਂ ਨੂੰ ਕੋਈ ਸਾਂਝੀ ਗੱਲ ਸਮਝਾਉਣ ਲਈ ਉਹਨਾਂ ਦੇ ਬੈਂਚਾਂ ਕੋਲ ਆ ਕਹਿਣ ਲੱਗ ਪਿਆ ਹੋਵੇ। ਤੁਸੀਂ ਸਾਰੇ ਜਣੇ ਆਪੋ ਆਪਣੇ ਬੈੱਡਾਂ ਕੋਲ ਇੱਕ ਇੱਕ ਕੂੜਾਦਾਨ ਕਿਉਂ ਨਹੀਂ ਖਰੀਦ ਕੇ ਰੱਖ ਲੈਂਦੇ? 10-20 ਰੁਪਏ ਦੀ ਤਾਂ ਗੱਲ ਹੈ, ਕੋਈ ਬਹੁਤਾ ਫਰਕ ਨਹੀਂ ਪੈਣਾ। ਜਿੱਥੇ ਇੰਨੇ ਲੱਗ ਜਾਂਦੇ ਨੇ ਉੱਥੇ 20 ਰੁਪਏ ਨਾਲ ਵੀ ਕੁਝ ਨਹੀਂ ਹੁੰਦਾ, ਤੁਹਾਡਾ ਹੀ ਫਾਇਦਾ ਏ। ਜਿੰਨਾ ਕੁਝ ਮਰਜ਼ੀ ਸੁੱਟੀ ਜਾਇਓ ਗੰਦ ਮੰਦ ਉਸ 'ਚ, ਘੱਟੋ ਘੱਟ ਕਮਰਾ ਤਾਂ ਸਾਫ਼ ਹੀ ਰਹੂਗਾ। ਇਹ ਕਹਿ ਕੇ ਉਹ ਬੈੱਡ ਕੋਲ ਜਾ ਖੜੀ ਹੋਈ। ਮੈਂ ਦੇਖਿਆ ਉਸ ਬੈੱਡ ਕੋਲ ਕਾਫ਼ੀ ਕੂੜਾ ਕਰਕਟ ਖਿਲਰਿਆ ਪਿਆ ਸੀ। ਉਹ ਝੁੱਕ ਕੇ ਕੂੜੇ ਨੂੰ ਇਕੱਠਾ ਕਰਨ ਲੱਗੀ ਤਾਂ ਉਸਨੂੰ ਅਜਿਹਾ ਕਰਦਿਆਂ ਦੇਖ ਉਸ ਬੈੱਡ ਕੋਲ ਬੈਠੀ ਇੱਕ ਹੋਰ ਔਰਤ ਬੋਲੀ, ਨਾ ਨਾ ਭੈਣੇ ਨਾ, ਤੂੰ ਕਾਹਨੂੰ ਮਾਰਦੀ ਏ ਕੂੜੇ 'ਚ ਹੱਥ, ਮੈਂ ਆਪੇ ਸਾਫ਼ ਕਰ ਦੇਊਂਗੀ। ਉਹ ਲੇਲੜੀਆਂ ਕੱਢਣ ਲੱਗੀ, ਪਰ ਉਸਦੇ ਮਨ 'ਤੇ ਕੋਈ ਅਸਰ ਨਹੀਂ ਸੀ ਹੋਇਆ। ਲੈ ਤੂੰ ਕਰ ਦੇਵੇਂਗੀ, ਜੇ ਕਰਨਾ ਹੁੰਦਾ ਤਾਂ ਪਹਿਲਾਂ ਗੰਦ ਮੰਦ ਖਿਲਾਰ ਦੇ ਹੀ ਕਿਉਂ? ਉਸਨੇ ਬੁੜਬੁੜ ਕਰਦਿਆਂ ਸਾਰਾ ਕੂੜਾ ਇਕੱਠਾ ਕਰ ਇੱਕ ਪੋਲੀਥੀਨ 'ਚ ਪਾਇਆ ਤੇ ਫੁੱਸ ਫੁੱਸ ਕਰਦੀ ਕਮਰੇ 'ਚੋਂ ਬਾਹਰ ਨਿਕਲ ਗਈ। ਮੈਂ ਉਸਨੂੰ ਜਾਂਦੇ ਦੇਖਦਾ ਰਹਿ ਗਿਆ ਸਾਂ। ਹਸਪਤਾਲ 'ਚ ਜੇ ਕੋਈ ਸਭ ਤੋਂ ਔਖਾ ਕੰਮ ਹੁੰਦਾ ਹੈ ਤਾਂ ਉਹ ਮਰੀਜ਼ ਦੇ ਕੋਲ ਬੈਠਣਾ ਹੁੰਦਾ ਏ, ਉਹ ਵੀ ਉਸ ਸਮੇਂ ਜਦੋਂ ਮਰੀਜ਼ ਚੁੱਪ ਚਾਪ ਮੌਨ ਬੈੱਡ 'ਤੇ ਲੇਟਿਆ ਪਿਆ ਹੋਵੇ ਤੇ ਤੁਸੀਂ ਬਿਨਾਂ ਕੁਝ ਬੋਲੇ ਉਸ ਵੱਲ ਜਾਂ ਕਮਰੇ ਵੱਲ ਦੇਖਦੇ ਉਸਦੇ ਜਲਦ ਤੰਦਰੁਸਤ ਹੋਣ ਦੀ ਦੁਆ ਕਰਦੇ ਰਹੋ।
ਵੱਡੇ ਹਸਪਤਾਲ ਦਾ ਇਹ ਜੱਚਾ ਬੱਚਾ ਵਾਰਡ ਦਾ ਇੱਕ ਵੱਡ ਆਕਾਰੀ ਕਮਰਾ ਸੀ। ਕੁੱਲ 10 ਬੈੱਡ ਕਮਰੇ 'ਚ 2 ਕਤਾਰਾਂ ਦੇ ਲੱਗੇ ਹੋਏ ਸਨ, ਇੱਕ ਕਤਾਰ 'ਚ 5-5। ਇਹਨਾਂ ਤੋਂ ਇਲਾਵਾ 4-5 ਸਟੂਲ ਸਨ ਜਾਂ ਫਿਰ ਇੱਕ ਅੱਧ ਕੁਰਸੀ, ਜਿਸ 'ਤੇ ਮਰੀਜ਼ ਨੂੰ ਮਿਲਣ ਆਇਆ ਕੋਈ ਬੈਠ ਜਾਂਦਾ ਸੀ। ਬੈੱਡ 'ਤੇ ਜਣਨੀਆਂ ਲੇਟੀਆਂ ਸਨ ਅਤੇ ਇਹਨਾਂ 'ਚੋਂ ਜ਼ਿਆਦਾ ਦੇ ਨਵਜਨਮੇ ਬੱਚੇ ਐਮਰਜੈਂਸੀ ਰੂਮ ਦੀਆਂ ਮਸ਼ੀਨਾਂ 'ਚ ਪਏ ਜ਼ਿੰਦਗੀ ਮੌਤ ਵਿਚਾਲੇ ਜੰਗ ਲੜ ਰਹੇ ਸਨ। ਇਸੇ ਤਰ੍ਹਾਂ ਦੀ ਇੱਕ ਮੌਨ ਜੰਗ ਬੱਚਿਆਂ ਦੇ ਪਰਿਵਾਰ ਵਾਲਿਆਂ ਦੇ ਮਨਾਂ ਅੰਦਰ ਵੀ ਲੜੀ ਜਾ ਰਹੀ ਸੀ। ਕਿਸੇ ਦਾ 6 ਮਹੀਨਿਆਂ ਦਾ ਬੱਚਾ ਮਸ਼ੀਨਾਂ 'ਚ ਪਿਆ ਸੀ ਅਤੇ ਕਿਸੇ ਦਾ 7 ਮਹੀਨਿਆਂ ਦਾ। ਕਿਸੇ ਦੇ ਫੇਫੜੇ ਕਮਜ਼ੋਰ ਸਨ, ਕਿਸੇ ਦੇ ਦਿਮਾਗ ਦਾ ਵਿਕਾਸ ਅਧੂਰਾ ਸੀ, ਕਿਸੇ ਦਾ ਭਾਰ ਘੱਟ ਸੀ ਅਤੇ ਕਿਸੇ ਦੇ ਸੈੱਲ ਵਧੇ ਹੋਏ ਸਨ। ਇਸ ਤਰ੍ਹਾਂ ਦੀ ਕਸ਼ਮਕਸ਼ 'ਚੋਂ ਤਕਰੀਬਨ ਸਾਰੇ ਮਰੀਜ਼ਾਂ ਦੇ ਪਰਿਵਾਰਿਕ ਮੈਂਬਰ ਲੰਘ ਰਹੇ ਸਨ। ਜੇ ਇੱਕ ਮਰੀਜ਼ ਨੂੰ ਛੁੱਟੀ ਮਿਲ ਜਾਂਦੀ ਤਾਂ ਉਸ ਤੋਂ ਪਹਿਲਾਂ ਕੋਈ ਹੋਰ ਮਰੀਜ਼ ਬੈੱਡ 'ਤੇ ਆ ਨਰਸਾਂ ਲਟਾ ਦਿੰਦੀਆਂ ਸਨ। ਇਸ ਤਰ੍ਹਾਂ ਇੱਕ ਉਦਾਸੀ ਸਾਰਿਆਂ ਦੇ ਚਿਹਰਿਆਂ 'ਤੇ ਛਾਈ ਰਹਿੰਦੀ, ਪਰ ਜੇਕਰ ਕੋਈ ਇੰਨੇ ਸੰਨਾਟੇ 'ਚ ਵੀ ਚੁੱਪ ਨਹੀਂ ਰਹਿੰਦਾ ਸੀ ਤਾਂ ਇਹ ਉਹ ਔਰਤ ਹੀ ਸੀ। ਦੁਪਹਿਰ ਦੇ 12 ਵੱਜਦੇ ਤਾਂ ਹਸਪਤਾਲ ਦੇ ਸਾਹਮਣੇ ਕਾਲਜ ਦਾ ਵੱਡਾ ਘੰਟਾ ਘਰ ਖੜਕਣ ਲੱਗਦਾ, ਜਿਸ ਨੂੰ ਸੁਣ ਕੇ ਮੁੱਖ ਗੇਟ ਕੋਲ ਮਰੀਜ਼ਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗ ਜਾਂਦਾ ਸੀ। ਇੱਕ ਭੀੜ ਅੰਦਰ ਘੁਸਣ ਲਈ ਹੱਥ ਪੈਰ ਮਾਰਨ ਲੱਗਦੀ, ਜਿਸ ਨੂੰ ਹਸਪਤਾਲ ਦੀ ਸਿਕਿਉਰਿਟੀ ਵੱਲੋਂ ਕਾਫ਼ੀ ਸਮੇਂ ਤੋਂ ਅੰਦਰ ਜਾਣੋਂ ਰੋਕਿਆ ਗਿਆ ਹੁੰਦਾ ਸੀ। ਮੇਰਾ ਆਉਣਾ ਵੀ ਜ਼ਿਆਦਾਤਰ ਇਸ ਵੇਲੇ ਹੀ ਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਚੈੱਕਅਪ ਕਰਨ ਦਾ ਸਮਾਂ ਹੁੰਦਾ ਸੀ ਅਤੇ ਅਜਿਹੇ ਸਮੇਂ 'ਚ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਆਉਣ ਵਾਲਿਆਂ ਦੀ ਅੰਦਰ ਆਉਣ ਦੀ ਮਨਾਹੀ ਸੀ। ਵਾਰਡ 'ਚ ਉਸਦਾ ਦੂਜਾ ਗੇੜਾ ਸੀ। ਉਹ ਸਾਰਾ ਦਿਨ ਵਾਰੋ ਵਾਰੀ ਵਾਰਡਾਂ 'ਚ ਚੱਕਰ ਕੱਟਦੀ ਰਹਿੰਦੀ, ਕਿਤੇ ਕੋਈ ਫਜ਼ੂਲ ਦਾ ਕੁਝ ਵੇਖਦੀ ਜਾਂ ਕੋਈ ਕਮੀ ਨਜ਼ਰ ਆਉਂਦੀ ਤਾਂ ਝੱਟ ਦੂਰ ਕਰ ਦਿੰਦੀ। ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਵਾਲਿਆਂ ਲਈ ਉਹ ਪਰਾਈ ਨਹੀਂ ਸਗੋਂ ਜਾਣੂ ਹੋ ਗਈ ਸੀ। ਨਵੀਆਂ ਜਣਨੀਆਂ 'ਚੋਂ ਕੋਈ ਉਸਨੂੰ ਅੰਟੀ ਆਖ ਬੁਲਾਉਂਦੀ ਅਤੇ ਕੋਈ ਮਾਸੀ, ਕੋਈ ਚਾਚੀ ਜਾਂ ਕੋਈ ਅੰਬੋ ਆਖ ਉਸਨੂੰ ਸੰਬੋਧਨ ਕਰਦੀ, ਜਿਵੇਂ ਇੱਕ ਰਿਸ਼ਤਾ ਸਾਰਿਆਂ ਨੇ ਉਸ ਨਾਲ ਜੋੜ ਲਿਆ ਸੀ। ਇਸੇ ਰਿਸ਼ਤੇ ਦੇ ਮੋਹ 'ਚ ਭਿੱਜੀ ਉਹ ਸਭ ਨੂੰ ਘੂਰ ਵੀ ਲੈਂਦੀ ਅਤੇ ਰੋਸਾ ਗਿਲਾ ਵੀ ਕਰ ਛੱਡਦੀ। ਜੇ ਕੋਈ ਉਣਤਾਈ ਨਜ਼ਰ ਆਉਂਦੀ ਤਾਂ ਅਗਲੇ ਨੂੰ ਇਸ ਗਲਤੀ ਬਾਰੇ ਝੱਟ ਡਾਂਟ ਝਿੜਕ ਵੀ ਲੈਂਦੀ ਸੀ। ਮੈਨੂੰ ਉਸ ਬਾਰੇ ਕਾਫ਼ੀ ਕੁਝ ਮੇਰੀ ਸੱਸ ਨੇ ਦੱਸਿਆ ਸੀ। ਮੇਰੀ ਸਾਲੇਹਾਰ ਦੇ 7ਵੇਂ ਮਹੀਨੇ 'ਚ ਬੱਚਾ ਪੈਦਾ ਹੋਇਆ ਸੀ। ਸਮੇਂ ਤੋਂ ਪਹਿਲਾਂ ਜਨਮ ਹੋਣ ਕਾਰਨ ਬੱਚਾ ਕਾਫ਼ੀ ਕਮਜ਼ੋਰ ਸੀ, ਜਿਸ ਕਾਰਨ ਡਾਕਟਰਾਂ ਨੇ ਪਿਛਲੇ 1 ਮਹੀਨੇ ਤੋਂ ਉਸਨੂੰ ਮਸ਼ੀਨ 'ਚ ਰੱਖਿਆ ਹੋਇਆ ਸੀ। ਲੈ ਭੈਣੇ, ਇਹ ਤਾਂ ਮੇਰੀ ਵੀ ਮਾਂ ਨਿਕਲੀ, ਕੁੜੇ ਆ ਦੇਖ ਖਾਂ, ਲੈ ਹੁਣ ਇਹਨੂੰ ਦੱਸੇ ਕੌਣ ਸਮਝਾਏ, ਪੋਟ ਬੱਚੇ ਕੰਨੀ ਪਿੱਠ ਕਰੀ ਪਈ ਹੈ। ਮੈਂ ਧੌਣ ਕਮਾ ਕੇ ਉੱਧਰ ਵੇਖਿਆ ਤਾਂ ਉਹ 3 ਨੰਬਰ ਬੈੱਡ 'ਤੇ ਪਈ ਇੱਕ ਕੁੜੀ ਨੂੰ ਝਿੜਕ ਰਹੀ ਸੀ। ਨੀ ਤੈਨੂੰ ਜਵਾਕ ਜੰਮੇ ਨੂੰ ਅਜੇ 10 ਦਿਨ ਨਹੀਂ ਹੋਏ ਤੇ ਤੂੰ ਹੁਣੇ ਹੀ ਪਿੱਠ ਫੇਰ ਕੇ ਪੈਣ ਲੱਗੀ ਹੈਂ,
ਤੈਨੂੰ ਅਕਲ ਨਹੀਂ ਸਿਖਾਈ ਤੇਰੀ ਮਾਂ ਜਾਂ ਸੱਸ ਨੇ ਜੈ ਵੱਡੀ ਏ। ਮਾਵਾਂ ਤਾਂ ਸਾਰੀ ਉਮਰ ਨਹੀਂ ਆਪਣੀ ਔਲਾਦ ਕੰਨੀ ਪਿੱਠ ਫੇਰਦੀਆਂ। ਉਹ ਬਿਨਾਂ ਦਮ ਲਏ ਬੋਲੀ ਜਾ ਰਹੀ ਸੀ। ਮੈਂ ਦੇਖਿਆ ਬੈੱਡ 'ਤੇ ਲੇਟੀ ਕੁੜੀ ਨੇ ਦਬਾ ਦਬ ਪਾਸਾ ਪਰਤ ਲਿਆ ਅਤੇ ਨਵੇਂ ਜਨਮੇ ਬਾਲ ਨੂੰ ਢਿੱਡ ਨਾਲ ਲਾ ਲਿਆ। ਆਂਟੀ ਅੱਖ ਲੱਗ ਗਈ ਸੀ, ਪਤਾ ਨਹੀਂ ਲੱਗਾ। ਕੁੜੀ ਨੇ ਮੁਜਰਮਾਂ ਵਾਂਗ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਆਉਣ ਦੇ ਤੇਰੀ ਮਾਂ ਨੂੰ, ਮੈਂ ਖੜਕਾਊਂ ਕੰਨ ਉਹਦੇ। ਉਹ ਬੋਲਦੀ ਅੱਗੇ ਵੱਧ ਗਈ। ਦੇਖ ਲੈ ਪੁੱਤ, ਸਾਰਾ ਦਿਨ ਇਉਂ ਹੀ ਫਿਰਦੀ ਰਹਿੰਦੀ ਹੈ, ਜਿਵੇਂ ਦਾਖਲ ਮਰੀਜ਼ ਅਤੇ ਉਹਨਾਂ ਦੇ ਨਾਲ ਦੇ ਇਹਦੇ ਸਕੇ ਸੰਬੰਧੀ ਹੋਣ। ਇੰਨਾ ਮੋਹ ਵੀ ਕੋਈ ਕਰ ਸਕਦਾ ਕਿਸੇ ਪਰਾਏ ਨੂੰ? ਨਾਲ ਦੇ ਬੈੱਡ 'ਤੇ ਆਪਣੇ ਮਰੀਜ਼ ਕੋਲ ਬੈਠੀ ਇੱਕ ਬੁੱਢੀ ਔਰਤ ਮੈਨੂੰ ਕਹਿਣ ਲੱਗੀ। ਮੈਂ ਹਾਂ ਜੀ ਕਿਹਾ ਤਾਂ ਉਹ ਫਿਰ ਦੱਸਣ ਲੱਗੀ, ਇਹਦੀ ਗੱਲ ਦਾ ਕੋਈ ਬੁਰਾ ਨਹੀਂ ਮਨਾਉਂਦਾ, ਜਦੋਂ ਕੋਈ ਨਵਾਂ ਮਰੀਜ਼ ਆਉਂਦਾ ਤਾਂ ਉਸਨੂੰ ਥੋੜ੍ਹਾ ਔਖਾ ਤਾਂ ਲੱਗਦਾ, ਪਰ ਫਿਰ ਇੱਕ ਦੋ ਦਿਨਾਂ 'ਚ ਆਪੇ ਬੁਰਾ ਮਨਾਉਣੋਂ ਹਟ ਜਾਂਦਾ। ਹਾਂ ਭੈਣੇ, ਜਦੋਂ ਮੈਂ ਨਵੀਂ ਆਈ ਸੀ ਇੱਥੇ ਤਾਂ ਮੈਨੂੰ ਵੀ ਇਹਦੇ ਬੋਲ ਰੁੱਖੇ ਲੱਗੇ, ਟੁੱਟ ਕੇ ਪੈ ਜਾਂਦੀ ਸੀ ਉਦੋਂ ਤਾਂ, ਹੁਣ ਮਿੱਠਾ ਬੋਲਦੀ ਹੈ। ਕਹੂ, ਤੂੰ ਸਿਆਣੀ ਹੈ ਭੈਣੇ, ਸਾਰਾ ਕੁਝ ਸਾਫ਼ ਰੱਖਦੀ ਹੈ, ਮੇਰੇ ਕੀ ਦਿਮਾਗ 'ਚ ਨੁਕਸ ਹੈ ਕਿ ਮੈਂ ਐਵੇਂ ਮਾੜਾ ਬੋਲੀ ਜਾਵਾਂ? ਹਾਂ ਭਾਈ, ਇਹਨੇ ਵਿਚਾਰੀ ਨੇ ਕੀ ਲੈਣਾ, ਜੇ ਕੋਈ ਖੁਸ਼ੀ ਨਾਲ 10-20 ਰੁਪਏ ਦੇ ਦਿੰਦਾ ਤਾਂ ਫੜ ਲੈਂਦੀ ਹੈ, ਨਾਲੇ ਫਾਇਦਾ ਵੀ ਤਾਂ ਕਿੰਨਾ ਕਰਦੀ ਹੈ। ਇੰਨੇ ਨੂੰ ਇੱਕ ਨਰਸ ਨੇ ਆ ਕੇ ਟੈਸਟ ਕਰਾ ਕੇ ਲਿਆਉਣ ਦੀ ਹਦਾਇਤ ਉਸਨੂੰ ਕੀਤੀ ਤਾਂ ਉਹ ਗੱਲਾਂ ਵਿਚਾਲੇ ਛੱਡ ਉਸਦੇ ਮਗਰ ਤੁਰ ਪਈ ਸੀ। ਮੇਰੀ ਸੱਸ ਉਸ ਦੀਆਂ ਕਿੰਨਾ ਚਿਰ ਗੱਲਾਂ ਕਰਦੀ ਰਹੀ। ਅਖੇ ਅਜੇ ਸਾਨੂੰ ਇੱਥੇ ਆਇਆ 3ਵਾਂ ਦਿਨ ਹੋਇਆ ਸੀ ਜਦੋਂ ਰੋਟੀ ਖਾ ਰਹੇ ਸਨ ਤੇ ਉੱਤੋਂ ਆ ਗਈ। ਕਹਿੰਦੀ, ਭਾਈ ਰੋਟੀ ਹੋਟਲ ਤੋਂ ਕਿਉਂ ਲਿਆਂਦੀ ਹੈ? ਇੱਥੇ 2 ਟਾਈਮ ਗੁਰਦੁਆਰੇ ਦੇ ਲੰਗਰ ਵਾਲਾ ਕੈਂਟਰ ਆਉਂਦਾ, ਤਾਜ਼ੀ ਦਾਲ ਰੋਟੀ ਚਾਹ ਪਾਣੀ ਸਭ ਕੁਝ ਹੁੰਦਾ, ਇਹ ਹੋਟਲ ਵਾਲੇ ਤਾਂ ਨੰਗ ਕਰ ਦੇਣਗੇ 4 ਦਿਨਾਂ 'ਚ। ਜਾਣ ਲੱਗਿਆਂ ਥੋੜ੍ਹੀ ਬਹੁਤ ਲੰਗਰ ਲਈ ਦਾਨ ਦੀ ਸੇਵਾ ਕਰ ਜਾਣਾ, ਹੋਰ ਕੀ। ਇਉਂ ਉਹ ਨਵੇਂ ਆਏ ਮਰੀਜ਼ ਦੇ ਨਾਲਦਿਆਂ ਨੂੰ ਆਪ ਹੀ ਆ ਕੇ ਕਹੀ ਜਾਊ, ਭਾਈ ਟੈਸਟ ਬਾਹਰ ਤੋਂ ਨਾ ਕਰਵਾਇਓ, ਲੈਬੋਰਟਰੀ ਵਾਲਿਆਂ ਤੋਂ। ਅੰਦਰ ਪਿੱਛੇ ਸਰਕਾਰੀ ਲੈਬੋਰਟਰੀ ਹੈ, ਉੱਥੇ ਕਈ ਟੈਸਟ ਤਾਂ ਬਿਲਕੁਲ ਮੁਫ਼ਤ ਹੁੰਦੇ ਨੇ ਅਤੇ ਕਈ ਬਹੁਤ ਹੀ ਘੱਟ ਰੇਟਾਂ 'ਤੇ ਕਦੇ ਕਿਸੇ ਨੂੰ ਆਖਦੀ, ਦਵਾਈਆਂ ਆ ਅੰਦਰ ਹੀ ਸਰਕਾਰੀ ਦੁਕਾਨ ਹੈ ਜਨ ਔਸ਼ਧੀ ਵਾਲੀ, ਉੱਥੋਂ ਲਿਆਇਆ ਕਰੋ, ਮਿਲ ਜਾਂਦੀਆਂ ਸਾਰੀਆਂ ਦਵਾਈਆਂ ਉੱਥੋਂ ਵਾਜਬ ਰੇਟਾਂ 'ਤੇ। ਬੱਚਿਆਂ ਦੇ ਨੈਪਕਿਨ, ਕੱਪੜੇ, ਤੌਲੀਏ ਆਦਿ ਦੀਆਂ ਦੁਕਾਨਾਂ ਬਾਰੇ ਵੀ ਉਹ ਦੱਸ ਦਿੰਦੀ ਕਿ ਫਲਾਣੀ ਦੁਕਾਨ 'ਤੇ ਘੱਟ ਮੁੱਲ ਲਾਉਂਦੇ ਹੈ, ਫਲਾਣਾ ਦੁਕਾਨ ਵਾਲਾ ਤਾਂ ਛਿੱਲ ਪੁੱਟ ਲੈਂਦਾ। ਅਜਿਹੀਆਂ ਗੱਲਾਂ ਕਾਰਨ ਮੇਰੀ ਉਸ ਔਰਤ 'ਚ ਦਿਲਚਸਪੀ ਹੋਰ ਵੱਧ ਗਈ ਸੀ। ਮਨ 'ਚ ਉਸ ਬਾਰੇ ਅਨੇਕਾਂ ਸਵਾਲ ਤੈਰਦੇ ਉਸ ਬਾਰੇ ਜਾਣਨ ਲਈ, ਅਤੇ ਇਸ ਵਾਰ ਮੈਂ ਵੀ ਪੱਕਾ ਮਨ ਬਣਾ ਲਿਆ ਕਿ ਉਸ ਬਾਰੇ ਸਾਰਾ ਕੁਝ ਜਾਣ ਕੇ ਹੀ ਰਹਾਂਗਾ। ਆਖਰ ਉਹ ਔਰਤ ਹੈ ਕੌਣ? ਹਸਪਤਾਲ 'ਚ ਮੇਰਾ 6ਵਾਂ ਚੱਕਰ ਹੈ ਅੱਜ। ਇੱਕ ਖੁਸ਼ੀ ਹੈ ਸਾਰਿਆਂ ਨੂੰ, ਨਵੇਂ ਜਨਮੇ ਬੱਚੇ ਨੂੰ ਅੱਜ ਤਕਰੀਬਨ 40 ਦਿਨਾਂ ਬਾਅਦ ਛੁੱਟੀ ਮਿਲਣੀ ਸੀ। ਮੇਰੇ ਮਨ 'ਚ ਇੱਕ ਹੋਰ ਚਾਅ ਵੀ ਕੁੱਦ ਰਿਹਾ ਸੀ ਉਸ ਔਰਤ ਬਾਰੇ। ਮੈਂ ਉਸ ਨੂੰ ਮਿਲਾਂਗਾ, ਉਸ ਬਾਰੇ ਉਸ ਨਾਲ ਗੱਲਾਂ ਕਰਾਂਗਾ ਅਤੇ ਸੁਣਾਂਗਾ
ਕਿ ਆਖਰ ਉਹ ਹੈ ਕੌਣ। ਹਸਪਤਾਲ 'ਚ ਕਾਗਜ਼ ਪੱਤਰਾਂ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਸੀ। ਨਿੱਕ ਸੁੱਕ ਸਾਂਭ ਜਾਣ ਦੀ ਤਿਆਰੀ 'ਚ ਸਾਂ। ਨਜ਼ਰਾਂ ਨੇ ਸਾਰਾ ਵਾਰਡ ਛਾਣ ਮਾਰਿਆ, ਪਰ ਉਹ ਕਿਤੇ ਵਿਖਾਈ ਨਹੀਂ ਸੀ ਦੇ ਰਹੀ। ਮੈਂ ਵਾਰਡ 'ਚੋਂ ਨਿਕਲ ਨਾਲ ਦੇ ਵਾਰਡਾਂ 'ਚ ਦੇਖ ਆਇਆ, ਪਰ ਉਸਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ। ਮੇਰਾ ਮਨ ਉਦਾਸ ਹੋ ਗਿਆ ਸੀ। ਉਦਾਸੀ ਦੇ ਵੇਗ 'ਚ ਉਸ ਬਾਰੇ ਸੋਚਦਾ ਬਾਹਰਲੇ ਗੇਟ ਕੋਲ ਆ ਗਿਆ ਸਾਂ। ਸਕਿਉਰਟੀ ਗਾਰਡ ਵੱਲ ਨਜ਼ਰ ਪੈਂਦੇ ਹੀ ਮੈਂ ਉਸ ਕੋਲ ਜਾ ਉਹਦੇ ਬਾਰੇ ਗੱਲ ਕਰੀ ਤਾਂ ਉਹ ਬੋਲਿਆ ਕਿ ਅਸੀਂ ਤਾਂ ਆਪ ਇੱਕ ਹਫ਼ਤੇ ਤੋਂ ਉਸਦੀ ਉਡੀਕ ਕਰ ਰਹੇ ਹਾਂ। ਮੈਂ ਜਦੋਂ ਉਸਦੇ ਘਰ ਬਾਰੇ, ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਕਿਹਾ, ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਕਿ ਉਹ ਕੌਣ ਸੀ, ਪਰ ਜਿਸ ਦਿਨ ਦੀ ਉਹ ਨਹੀਂ ਆਈ, ਹਸਪਤਾਲ ਸੁੰਨਾ ਸੁੰਨਾ ਲੱਗ ਰਿਹਾ। ਉਦਾਸ ਲਹਿਜੇ 'ਚ ਉਸ ਜਵਾਬ ਦਿੱਤਾ, ਵਾਪਸ ਪਰਤਦਿਆਂ ਜਿਵੇਂ ਮੇਰੇ ਕਦਮ ਵੀ ਭਾਰੀ ਭਾਰੀ ਹੋ ਗਏ ਹੋਣ।